ਕਰਤਾਰ ਸਿੰਘ ਦੁੱਗਲ ਦੀ ਕਹਾਣੀ ਨੀਲੀ ਝੀਲ ਤੇ ਬੁਰੀ ਗੱਲ ਇਸ ਸ਼ਹਿਰ ਵਿੱਚ ਫੇਰ ਸਾਨੂੰ ਰਹਿਣ ਲਈ ਫਲੈਟ ਮਿਲਿਆ ਸੀ ਕੋਈ ਕਰੇ ਵੀ ਕੀ ਦੇਸ਼ ਇਸ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਹਰ ਸ਼ਹਿਰ 'ਚ ਭੀੜ ਵੱਧ ਗਈ ਹੈ ਨਿੱਕੇ-ਨਿੱਕੇ ਕਸਬੇ ਵੱਡੇ-ਵੱਡੇ ਸ਼ਹਿਰ ਬਣ ਗਏ ਹਨ 10 ਦਿਨ ਬਾਅਦ ਕਿਸੇ ਗਲੀ 'ਚੋਂ ਗੁਜ਼ਰੋ ਤਾਂ ਗਲੀ ਨਹੀਂ ਪਛਾਣੀ ਜਾਂਦੀ ਮੁਰਕੇ ਕੇਸੇ ਪਿਕਨਿਕ ਸਥਾਨ ਤੇ ਜਾਓ ਅੱਗੇ ਜਾਂ ਬਾਂਦ ਉੱਤਰ ਚੁੱਕਾ ਹੁੰਦਾ ਹੈ ਜਾਂ ਬਿਜਲੀ ਘਰ ਬਣ ਚੁੱਕਾ ਹੁੰਦਾ ਹੈ ਜਿੱਦ ਰਾਖ ਉਠਾਓ ਨਜ਼ਰ ਤੂੰ ਇਹਦੀਆਂ ਚਿਮਣੀਆਂ ਨਾਲ ਟਕਰਾ ਕੇ ਰਹਿ ਜਾਂਦੀ ਹੈ ਹਰ ਸ਼ਹਿਰ ਨਾਲ ਲੱਗਦੀ ਖਾਲੀ ਥਾਂ ਨੂੰ ਲੋਕੀ ਵੇਤਰ-ਵੇਤਰ ਕੇ ਵੇਚ ਹੀ ਜਾਂਦੇ ਹਨ ਘਰ ਭਾਵੇਂ ਛੋਟਾ ਸੀ ਪਰ ਇੱਕ ਗਨਿਮਤ ਸੀ ਗੋਲ ਕਮਰੇ ਦੀ ਖਿੜਕੀ ਵਿੱਚੋਂ ਸਾਹਮਣੇ ਨੀਲੀ ਝੀਲ ਵਿਖਾਈ ਦਿੰਦੀ ਸੀ ਖਿੜਕੀ 'ਚ ਜਾ ਕੇ ਖਲੋਵੋ ਤੇ ਅੱਖਾਂ ਨੂੰ ਠੰਡ ਪੈ ਜਾਂਦੀ ਹੈ ਨੀਲੀ ਝੀਲ ਝੀਲ ਦੀ ਛਾਤੀ ਤੇ ਤਰ ਰਹੀਆਂ ਨਾਵਾਂ ਨਾਵਾਂ ਚ ਬੈਠੇ ਮਛੇਰੀਆਂ ਦੇ ਗੀਤ ਅਕਸਰ ਝੀਲ ਵੱਲੋਂ ਮਿੱਠੀ ਮਿੱਠੀ ਹਵਾ ਆ ਰਹੀ ਹੁੰਦੀ ਠੰਡੀ ਤੇ ਮਿੱਠੀ ਝੀਲ ਦੇ ਗਿਰਦ ਹਰੀਆਂ ਪੈਲੀਆਂ ਦੀ ਸੁਗੰਧ ਨਾਲ ਲੱਦੀ ਹੋਈ ਇਸ ਘਰ ਚ ਆਏ ਬਹੁਤ ਦਿਨ ਨਹੀਂ ਹੋਏ ਸੀ ਕਿ ਅਸੀਂ ਮਹਿਸੂਸ ਕੀਤਾ ਬੱਚੂ ਅਕਸਰ ਚਿੜਚਿੜਾਇਆ ਰਹਿੰਦਾ ਰੁਹਾ ਰੁਹਾ ਕਰ ਰੁਹਾ ਰੁਹਾ ਕਰਦਾ ਰਹਿੰਦਾ ਕਈ ਵਾਰ ਉਹਨੂੰ ਗੁੱਸਾ ਆ ਜਾਂਦਾ ਤੇ ਗੁੱਸੇ ਚ ਕੋਈ ਹਰਕਤ ਕਰ ਬਹਿੰਦਾ ਜਿਸ ਕਰਕੇ ਸਾਨੂੰ ਵੀ ਸ਼ਰਮਿੰਦਿਆ ਹੋਣਾ ਪੈਂਦਾ ਉਹਨੂੰ ਵੀ ਪਿੱਛੋਂ ਜਿਵੇਂ ਪੇਸ਼ੇਮਾਨੀ ਹੁੰਦੀ ਬੱਚੂ ਦੇ ਵਿਗੜ ਰਹੇ ਮિજાਜ ਤੇ ਅਸੀਂ ਤ੍ਰਿਮਤ ਖਾਵੰਦ ਬੜੇ ਪਰੇਸ਼ਾਨ ਸਾਂ ਸੋਚ-ਸੋਚ ਕੇ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਇੱਕ ਉਹਦੇ ਚੜਚੜੇਪਣ ਦਾ ਕਾਰਨ ਇਹ ਘਰ ਸੀ ਪਹਿਲੀ ਮੰਜ਼ਲ ਦਾ ਫਲੈਟ ਜਿਸ ਤੇ ਰਹਦੇ ਬੱਚਾ ਦਬਿਆ-ਦਬਿਆ ਘੁਟਿਆ-ਘੁਟਿਆ ਜਿ ਕੂੜਿਆ ਮਹਿਸੂਸ ਕਰਦਾ ਧਰਤੀ ਨਾਲ ਉਹਦੀ ਛੋਹ ਖੁੱਸ ਗਈ ਦੂਜਾ ਕਾਰਨ ਸ਼ਾਇਦ ਇਹ ਸੀ ਕਿ ਉਹਦੀ ਭੈਣ ਹੁਣ ਕਸੂਟੀਆਂ ਕਰਨਾ ਸਿੱਖ ਗਈ ਸੀ ਹਰ ਥਾਂ ਉਹ ਹਾਜ਼ਰ ਹੁੰਦੀ ਇੱਕ ਦਿਲਚਸਪ ਪੁਮਰ ਕਿਤੇ ਹੱਸ ਰਹੀ ਕਿਤੇ ਖੇਡ ਰਹੀ ਕਿਤੇ ਉਹਨੂੰ ਲੜਿਆਇਆ ਜਾ ਰਿਹਾ ਤੇ ਬੱਚੂ ਨੂੰ ਖਬਰੇ ਲੱਗਦਾ ਜਿਵੇਂ ਉਹਦੀ ਜਾਇਦਾਦ ਵੰਡਾਈ ਜਾ ਰਹੀ ਹੋਵੇ ਕੁਝ ਵੀ ਕਾਰਨ ਸੀ ਬੱਚੂ ਦਾ ਇੰਜ ਗੱਲ-ਗੱਲ ਤੇ ਖਿਜਣਾ ਸਾਨੂੰ ਪੂਰਾ ਪਸੰਦ ਨਹੀਂ ਸੀ ਤੇ ਅਸੀਂ ਇੱਕ ਦਿਨ ਉਹਨੂੰ ਆਪਣੇ ਕੋਲ ਬਿਠਾ ਕੇ ਸਮਝਾਇਆ ਫੈਸਲਾ ਇਹ ਹੋਇਆ ਕਿ ਜਦੋਂ ਵੀ ਉਹਦਾ ਮੂਡ ਵਿਗੜ ਰਿਹਾ ਹੋਵੇਗਾ ਅਸੀਂ ਉਹਨੂੰ ਬੁਰੀ ਗੱਲ ਪੁਕਾਰ ਕੇ ਯਾਦ ਕਰਾ ਦਿਆ ਕਰਾਂਗੇ ਕਿ ਉਹਨੂੰ ਗੁੱਸਾ ਆ ਰਿਹਾ ਹੈ ਤੇ ਫਿਰ ਵੀ ਜੇ ਉਸ ਤੋਂ ਆਪਣੇ ਆਪ ਤੇ ਕਾਬੂ ਨਾ ਪਾਇਆ ਜਾਏ ਤਾਂ ਗੋਲ ਕਮਰੇ ਦੀ ਖਿੜਕੀ ਚ ਖਲੋ ਕੇ ਸਾਹਮਣੇ ਨੀਲੀ ਝੀਲ ਨੂੰ ਵੇਖਿਆ ਕਰੇਗਾ ਝੀਲ ਦੇ ਝਿਲਮਿਲਾ ਰਹੇ ਪਾਣੀ ਨੂੰ ਝੀਲ ਤੇ ਤਰ ਰੀਆਂ ਨਾਵਾਂ ਨੂੰ ਝੀਲ ਦੇ ਅੱਗੇ ਪਿੱਛੇ ਖੇਤਾਂ ਨੂੰ ਤੇ ਇੰਜੋ ਦਾ ਗੁੱਸਾ ਠੰਡਾ ਹੋ ਜਾਇਆ ਕਰੇਗਾ ਤੇ ਇਹ ਤਰਕੀਬ ਸਾਡੀ ਬੜੀ ਕਾਮਯਾਬ ਹੋਈ ਕਈ ਵਾਰੀ ਅਸੀਂ ਵੇਖਿਆ ਬੱਚੂ ਨੂੰ ਅਸੀਂ ਯਾਦ ਦਿਵਾਉਂਦੇ ਬੁਰੀ ਗੱਲ ਤੇ ਉਹ ਸੰਭਲ ਜਾਂਦਾ ਕਈ ਵਾਰ ਅਸੀਂ ਵੇਖਿਆ ਜਦੋਂ ਉਹਨੂੰ ਜ਼ਿਆਦਾ ਗੁੱਸਾ ਆਉਂਦਾ ਉਹ ਗੋਲ ਕਮਰੇ ਦੀ ਖਿੜਕੀ 'ਚ ਜਾ ਖਲੋਂਦਾ ਤੇ ਸਾਹਮਣੇ ਝੀਲ ਨੂੰ ਵੇਖਦਾ। ਉਹਦੇ ਛਮਛਮ ਮਥਰੂ ਕਰ ਰਹੇ ਹੁੰਦੇ। ਕਈ ਵਾਰ ਉੱਚਾ-ਉੱਚਾ ਰੋ ਕੇ ਆਪਣੇ ਮਨ ਦੀ ਪੜਾਹਸ ਕੱਢ ਲੈਂਦਾ। ਬੱਚੂ ਲਈ ਵਰਤੀ ਇਹ ਵੀ ਉਹ ਸਾਨੂੰ ਖੁਦ ਵੀ ਬੜੀ ਸੁਖਾਈ। 3ਮਤ ਖਾਵੰਦ ਜਦੋਂ ਸਾਨੂੰ ਆਪ ਵੀ ਕ੍ਰੋਧ ਆਉਂਦਾ ਜਿਹਨੂੰ ਕ੍ਰੋਧ ਆ ਰਿਹਾ ਹੁੰਦਾ ਉਹ ਗੋਲ ਕਮਰੇ ਦੀ ਖਿੜਕੀ 'ਚ ਜਾ ਖਲੋਂਦਾ ਤੇ ਸਾਹਮਣੇ ਝੀਲ ਨੀਲੀ ਝੀਲ ਦਾ ਜਾਦੂ ਅਵਸ਼ ਹੁੰਦਾ। ਇੱਕ ਦਿਨ ਅਸੀਂ ਵੇਖਿਆ ਲੂੰਮੜੀ ਵਾਂਗ ਸ਼ਿਕਾਰ ਢੂੰਡਦੀ ਬਿੱਟੀ ਕਸੂਟੀਆਂ ਮਾਰਦੀ। ਕਮਰੇ ਚ ਇੱਧਰ ਉੱਧਰ ਝਾਕ ਰਹੀ ਸੀ ਤੇ ਫਿਰ ਉਹਦੀ ਨਜ਼ਰ ਬੱਚੂ ਦੀ ਸਿਆਹੀ ਦੀ ਦਵਾਈ ਤੇ ਜਾ ਪਈ ਤੇ ਸਾਡੇ ਵੇਖਦੇ ਵੇਖਦੇ ਉਸ ਦਵਾਈ ਨੂੰ ਉਸਦੀ ਕਾਪੀ ਤੇ ਉਲਟਾ ਦਿੱਤਾ ਬੱਚੂ ਨੇ ਵੇਖਿਆ ਤੇ ਜਿਵੇਂ ਉਹਨੂੰ ਚਾਰੇ ਇੱਕ ਪੜੇ ਅੱਗ ਲੱਗ ਗਈ ਗੁੱਸੇ ਚ ਬਿੱਟੀ ਵੱਲ ਵਧਿਆ ਕਿ ਤੇ ਪਾਈ ਨੂੰ ਸਾਫ਼ ਕਰ ਰਹੀ ਉਹਦੀ ਮਾਂ ਨੇ ਉਹਨੂੰ ਯਾਦ ਕਰਵਾਇਆ ਬੁਰੀ ਗੱਲ ਤੇ ਬੱਚੂ ਉਹੀ ਕਦਮ 골 ਕਮਰੇ ਦੀ ਖਿੜਕੀ 'ਚ ਜਾ ਖਲੋਤਾ ਸਾਹਮਣੇ ਨੀਲੀ ਝੀਲ ਨੂੰ ਵੇਖਦਾ ਹਣ ਜੋ ਉਹਦੀਆਂ ਗੰਨੀਆਂ ਤੇ ਡਲਕਣ ਲੱਗ ਪਈ ਬਹੁਤ ਦਿਨ ਨਹੀਂ ਗੁਜ਼ਰੀ ਸੀ ਕਿ ਸਕੂਲੋਂ ਮੁੜਿਆ ਬੱਚੂ ਕੀ ਵੇਖਦਾ ਹੈ ਕਿ ਉਹਦੇ ਪਿੱਛੋਂ ਉਹਦੀ ਸਭ ਤੋਂ ਪਿਆਰੀ ਕਹਾਣੀਆਂ ਦੀ ਕਿਤਾਬ ਦੀਆਂ ਬਿਟੀ ਨੇ ਤਸਵੀਰਾਂ ਕੱਢ ਕੇ ਵੱਖ ਕਰ ਦਿੱਤੀਆਂ ਤੇ ਬਾਕੀ ਕਿਤਾਬ ਵੱਖ ਬੱਚੂ ਦੰਦ ਕੀੜ ਵਟ ਕੇ ਰਹਿ ਗਿਆ ਮੜਮੜੋ ਕਿਤਾਬ ਨੂੰ ਵੇਖਦਾ ਮੜਮੜੋ ਦਾ ਗੁੱਸਾ ਭੜਕ ਉੱਠਦਾ ਮੜਮੜੋ ਦੀ ਮਾਂ ਨੂੰ ਯਾਦ ਕਰਵਾਉਣਾ ਪੈਂਦਾ ਬੁਰੀ ਗੱਲ ਬੁਰੀ ਗੱਲ ਤੇ ਫਿਰ ਕੱਲ ਮੁਕੱਲੇ ਗੋਲ ਕਮਰੇ ਦੀ ਖਿੜਕੀ 'ਚ ਖਲੋਤੇ ਉਹਨੂੰ ਤਰਕਾਲਾਂ ਪੈ ਗਈਆਂ ਉਸ ਰਾਤ ਬੱਚੂ ਤੋਂ ਖਾਣਾ ਨਹੀਂ ਖਾਦਾ ਗਿਆ ਮੇਰੀ ਤ੍ਰਿਮਤ ਦਾ ਖਿਆਲ ਸੀ ਬਿੱਟੀ ਲਈ ਨਰਸਰੀ ਵੱਖ ਹੋਣੀ ਚਾਹੀਦੀ ਐ ਬੱਚੂ ਲਈ ਪੜ੍ਹਨ ਦਾ ਕਮਰਾ ਵੱਖ ਪਰ ਇਸ ਫਲੈਟ 'ਚ ਇਹ ਕੁਝ ਕਿੱਥੇ ਮੁਮਕਨ ਸੀ ਇਸ ਫਲੈਟ 'ਤੇ ਬਸ ਇੱਕ ਖਿੜਕੀ ਸੀ ਸਾਹਮਣੇ ਝੀਲ ਤੇ ਖੁੱਲਦੀ ਤੇ ਨੀਲੀ ਝੀਲ ਦਾ ਨਜ਼ਾਰਾ ਸਵੇਰੇ ਹੋਰ ਹੁੰਦਾ ਦੁਪਹਿਰ ਹੀ ਹੋਰ ਸ਼ਾਮ ਨੂੰ ਹੋਰ ਨਵੀਂ ਬੋਟੇ ਦੀ ਤਰ੍ਹਾਂ ਜੋੜੇ ਬਦਲਦੀ ਰਹਿੰਦੀ ਰੂਪ ਬਟਾਂਦੀ ਰਹਿੰਦੀ ਹਰ ਰੰਗ 'ਚ ਹੋਰ ਸੋਹਣੀ ਇੱਕ ਦਿਨ ਸ਼ਾਮੀ ਅਸੀਂ ਚਾਹ ਪੀ ਰਹੇ ਸੀ ਛੁੱਟੀ ਦਾ ਦਿਨ ਸੀ ਸਾਂਗ ਕੇ ਉੱਠੇ ਬੜੇ ਇਤਮਨਾ ਨਾਲ ਮੇਜ਼ ਤੇ ਬੈਠੇ ਅਸੀਂ ਗੱਪਾਂ ਵੀ ਮਾਰ ਰਹੇ ਸਾਂ ਚਾਹ ਵੀ ਪੀ ਰਹੇ ਸਾਂ ਤੇ ਬੱਚੂ ਬਾਹਰ ਖੇਡਣ ਗਿਆ ਸੀ ਕੁਝ ਦੇਰ ਬਾਅਦ ਉਹ ਆਪਣਾ ਬੈਡਮਿੰਟਨ ਦਾ ਬੈਟ ਫੜੀ ਆਇਆ ਤੇ ਮੇਜ਼ ਦੇ ਕੋਲ ਖਲੋ ਸਾਡੀਆਂ ਗੱਲਾਂ ਸੁਣਨ ਲੱਗਾ ਇੱਕ ਮੱਖੀ ਸੀ ਜੋ ਮੁਰਮੁਰ ਚਾਹ ਦੀ ਕੇਤਲੀ ਤੇ ਆ ਬਹਿੰਦੀ ਮੁਰਮੁਰ ਬੱਚੂ ਆਪਣੇ ਬੈਟ ਨਾਲ ਉਹਨੂੰ ਉਡਾਂਦਾ ਮੱਖੀ ਫੇਰਾਂ ਕੇ ਉੱਥੇ ਬੈਠ ਜਾਂਦੀ ਤੇ ਅਸੀਂ ਦੋਵੇਂ ਬੱਚੂ ਨੂੰ ਮਨਾ ਕਰ ਰਹੇ ਸਾਂ ਬੈਟ ਨਾਲ ਇੰਜ ਨਾ ਖੇਡੇ ਮੇਜ਼ ਭਾਂਡਿਆਂ ਨਾਲ ਭਰਿਆ ਹੋਇਆ ਸੀ ਮੱਖੀ ਫੇਰ ਆਈ ਬੱਚੂ ਨੇ ਉਹਨੂੰ ਉਡਾਣ ਲਈ ਆਪਣਾ ਬੈਟ ਘੁਮਾਇਆ ਤੇ ਇਸਰ ਮੱਖੀ ਦੇ ਨਾਲ ਚਾਹਦਾਨੀ ਵੀ ਉਲਰੀ ਹੋਈ ਉਹਦੀ ਮਾਂ ਦੀ ਝੋਲੀ 'ਚ ਜਾ ਪਈ ਚਾਹ ਦਾ ਗਰਮ ਪਾਣੀ ਉਹਦੀ ਮਾਂ ਦੇ ਕੱਪੜਿਆਂ ਦਾ ਸਤਿਆਨਾਸ ਹੋ ਗਿਆ ਗੁੱਸੇ 'ਚ ਉਹ ਕੜ ਕੇ ਪਈ ਚਾਹਦਾਨੀ ਹੀ ਟੁੱਟ ਕੇ ਡਿੱਗੀ ਤੇ ਮੈਨੂੰ ਵੀ ਕ੍ਰੋਧ ਆਇਆ ਮੈਂ ਬੱਚੂ ਤੇ ਗੱਜਿਆ ਉਂਝ ਦੇ ਉਂਝ ਖਿਲੋਤੇ ਬੱਚੂ ਨੇ ਪਹਿਲੇ ਆਪਣੀ ਮਾਂ ਵੱਲ ਵੇਖ ਕੇ ਕਿਆ ਬੁਰੀ ਗੱਲ ਫਿਰ ਮੇਰੇ ਵੱਲ ਵੇਖ ਕੇ ਕਿਆ ਬੁਰੀ ਗੱਲ ਤੇ ਫਿਰ ਅਸੀਂ ਤਿੰਨੇ ਹੱਸਣ ਲੱਗ ਪਏ ਕੁਛ ਚਿਰ ਬਾਅਦ ਆਪਣੀ ਮਾਂ ਦੀ ਸੜੀ ਲੱਤ ਤੇ ਇੰਨੀ ਸੋਹਣੀ ਚਾਹਦਾਨੀ ਨੂੰ ਟੁਕੜੇ ਟੁਕੜੇ ਹੋਇਆ ਵੇਖ ਬੱਚੂ ਨੂੰ ਜਿਵੇਂ ਆਪਣੇ ਆਪ ਤੇ ਗੁੱਸਾ ਆ ਗਿਆ ਤੇ ਕਿੰਨੀ ਦੇਰ ਉਹ ਗੋਲ ਕਮਰੇ ਦੀ ਖਿੜਕੀ 'ਚ ਜਾ ਖਲੋਤਾ ਰਿਹਾ ਇਸ ਘਰ 'ਚ ਸਾਡੇ ਅਕਸਰ ਨੌਕਰ ਆਦਿਵਾਸੀ ਹੁੰਦੇ ਸਨ ਆਦਿਵਾਸੀ ਨੌਕਰ ਬੜੇ ਇਮਾਨਦਾਰ ਹੁੰਦੇ ਹਨ ਸੋਨੇ ਦੀ ਡਲੀ ਪਈ ਰਹੇ ਪਾਸਾ ਪਰਤ ਕੇ ਉਸ ਵੱਲ ਵੇਖਣਗੇ ਨਹੀਂ ਇਮਾਨਦਾਰ ਤੇ ਸਫਾਈ ਪਸੰਦ ਘਰ ਨੂੰ ਹਰ ਵੇਲੇ ਮਾਂਜ ਕੇ ਜਿਵੇਂ ਰੱਖਦੇ ਖੋਦਾ ਪਾਦਵਾਸੀ ਔਰਤਾਂ ਜਿਵੇਂ ਇਸ ਪਾਤ ਨੂੰ ਢਾਲ ਢਾਲ ਕੇ ਕਿਸੇ ਉਹਨਾਂ ਨੂੰ ਘੜਿਆ ਹੋਵੇ ਹਸੂ ਹਸੂ ਕਰਦੇ ਨੈਣ ਵਾਲਾਂ ਚ ਫੁੱਲ ਖੁਸ਼ ਰਹਿਣੀਆਂ ਗਾਣ ਤੇ ਨੱਚਣ ਦੀਆਂ ਸ਼ੌਕੀਨ ਕੰਮ ਕਰਦੀਆਂ ਗਾਂਦੀਆਂ ਰਹਿੰਦੀਆਂ ਕੰਮ ਤੇ ਵੇਲ ਮਿਲਦੀ ਨੱਚਣ ਲੱਗ ਪੈਂਦੀਆਂ ਹੋਰ ਸਭ ਗੁਣ ਸਨ ਪਰ ਬੇਇਤਬਾਰੀਆਂ ਬੜੀਆਂ ਸਨ ਪਤਾ ਨਹੀਂ ਕਦੋਂ ਨੌਕਰੀ ਛੱਡ ਕੇ ਪਿੱਛੇ ਪਿੰਡ ਤੁਰ ਜਾਣ ਮੇਰੀ ਤ੍ਰਿਮਤ ਨੂੰ ਇਸ ਗੱਲ ਦਾ ਮਾਣ ਹੈ ਵੀ ਸਾਡੇ ਕੋਈ ਨੌਕਰ ਆ ਜਾਏ ਤੇ ਉਹ ਸਾਨੂੰ ਬੱਸੇ-ਬੱਸੇ ਛੱਡ ਕੇ ਨਹੀਂ ਜਾਂਦਾ ਇਸ ਘਰ ਚ ਬਿੱਟੀ ਦੀ ਆਇਆ ਇੱਕ ਵਾਰ 4 ਦਿਨ ਦੀ ਛੁੱਟੀ ਗਈ ਤੇ ਪੂਰਾ ਮਹੀਨਾ ਲਾ ਕੇ ਮੁੜੀ ਹੁਣ ਫਿਰ 2 ਦਿਨ ਦੀ ਛੁੱਟੀ ਗਈ ਸੀ ਤੇ ਮਹੀਨੇ ਤੋਂ ਉੱਪਰ ਹੋਣ ਵਾਲਾ ਸੀ ਇੱਕ ਦਿਨ ਮੈਂ ਆਪਣੇ ਰਸੋਈਏ ਤੋਂ ਪੁੱਛਿਆ ਕਿ ਅੱਗੋਂ ਹੱਸਣ ਲੱਗ ਪਿਆ ਸਾਨੂੰ ਉਸ ਦੱਸਿਆ ਆਇਆ ਦਾ ਖਵੰਦ ਵੀ ਸ਼ਹਿਰ ਚ ਕਿਤੇ ਕੰਮ ਕਰਦਾ ਸੀ 2-4 ਮਹੀਨੇ ਸ਼ਹਿਰ ਰਹਿੰਦਾ ਤੇ ਆਪਣੀ ਤ੍ਰੀਮਤ ਨੂੰ ਛੱਡ ਦਿੰਦਾ ਤੇ ਹੋਰ ਦੀਆਂ ਹੋਰ ਗੱਲਾਂ ਕਰਨ ਲੱਗ ਜਾਂਦਾ ਆਇਆ ਪਿੰਡ ਜਾਂਦੀ ਉਹ ਪਿੰਡ ਜਾਂਦਾ ਫਿਰ 2-4 ਮਹੀਨੇ ਬਾਅਦ ਉਹ ਉੰਜ ਹੀ ਕਰਦਾ ਇਤੀਜੀ ਵਾਰ ਸੀ ਉਹ ਸ਼ਹਿਰ ਚ ਇੱਕ ਦੂਜੇ ਤੋਂ ਵੱਖ ਹੋ ਕੇ ਪਿੱਛੇ ਪਿੰਡ ਚ ਮੁੜ ਇੱਕ ਦੂਜੇ ਨਾਲ ਵਸ ਰਹੇ ਸਨ ਤੇ ਹੁਣ ਪਤਾ ਨਹੀਂ ਆਇਆ ਸ਼ਹਿਰ ਆਵੇ ਕਿ ਨਹੀਂ ਅਸੀਂ ਗੱਲਾਂ ਕਰ ਰਹੇ ਸਾਂ ਕਿ ਆਇਆ ਹਸਤੀ ਹਸਤੀ ਗੈਲਰੀ ਚ ਆਵੜੀ ਆਨਦੀ ਐ ਹੁਸ ਆਪਣਾ ਕੰਮ ਸ਼ੁਰੂ ਕਰ ਦਿੱਤਾ ਉਸਨਾਂ ਆਇਆ ਨੂੰ ਕੰਮ ਕਰਦੇ ਵੇਖਦਾ ਮੁਰਮੁਰ ਮੇਰਾ ਦਿਲ ਕਹਿੰਦਾ ਆਇਆ ਤੇ ਆਇਆ ਦੇਖਾ ਬੰਦ ਦੀ ਜ਼ਿੰਦਗੀ ਚ ਕੋਈ ਨੀਲੀ ਝੀਲ ਹੋਣੀ ਚਾਹੀਦੀ ਹੈ ਤੇ ਰਸੋਈਆ ਜਿਹੜਾ ਇੰਨੀਆਂ ਗੱਲਾਂ ਕਰਦਾ ਸੀ ਇਕ ਦਿਨ ਉਹਦੀ ਨਲਾਇਕੀ ਵੀ ਸੁਣਨ ਚ ਆ ਗਈ। ਉਹ ਸ਼ਾਮ ਜਦੋਂ ਮੈਂ ਦਫ਼ਤਰੋਂ ਮੁੜਿਆ ਅੱਗੇ ਪੌੜੀਆਂ 'ਚ ਬੜਾ ਸ਼ੋਰ ਸੀ। ਪੁੱਛਣ ਤੇ ਪਤਾ ਲੱਗਾ ਰਸੋਈਏ ਦੇ ਪਿੰਡ ਦੇ ਪੰਜ ਸਨ। ਇੰਨੇ ਚਿਰ ਤੋਂ ਸ਼ਹਿਰ ਨੌਕਰੀ ਕਰ ਰਿਆ। ਹਰ ਮਹੀਨੇ ਉਹ ਤਲਬ ਆਪਣੇ ਚਾਚੇ ਦੇ ਨਾਂ ਭੇਜਦਾ ਸੀ ਤੇ ਜਦੋਂ ਦਾ ਉਹਦਾ ਪਿਓ ਪੂਰਾ ਹੋਇਆ ਉਹਨਾਂ ਦੇ ਘਰ ਦਾ ਬਡੇਰਾ ਬਸ ਚਾਚਾ ਸੀ ਤੇ ਪਰ ਪਿਛਲੇ ਮਹੀਨੇ ਉਸ ਪੈਸੇ ਆਪਣੀ ਬੋਟੀ ਦੇ ਨਾਂ ਮਨੀ ਆਰਡਰ ਕਰਵਾਏ ਸਨ। ਉਹਦਾ ਚਾਚਾ ਕਹਿੰਦਾ ਭਾਵੇਂ ਉਹਦੀ ਬੋਟੀ ਨੇ ਉਂਝ ਦੀ ਉਂਝ ਰਕਮ ਉਹਦੀ ਤਲੀ ਤੇ ਲਿਆ ਰੱਖੀ ਸੀ ਪਰ ਇਹਦਾ ਆਪਣੀ ਬੋਟੀ ਦੇ ਨਾਂ ਚਿੱਠੀ ਲਿਖਣਾ ਤੇ ਪੈਸੇ ਭੇਜਣਾ ਤਿਆਨਤ ਦਰਜੇ ਦੀ ਬੇਹੈ ਆਈ ਸੀ ਇੰਜ ਪਿੰਡ ਦੀ ਮਰਿਆਦਾ ਭੰਗ ਕਰਨ ਦੇ ਉਹਨੂੰ ਡੰਡ ਦਿੱਤਾ ਜਾਣਾ ਸੀ ਤੇ ਰਸੋਈਆ ਸ਼ਰਮਿੰਦਾ ਅੱਖੀਆਂ ਨੀਵੀਆਂ ਪਾਈ ਖੜੋਤਾ ਸੀ ਜਿਵੇਂ ਕਿਸੇ ਘੋਰ ਅਪਰਾਧ ਕੀਤਾ ਹੋਵੇ ਉਹਦਾ ਚਾਚਾ ਮੁਰਮੁਰ ਕੇ ਕਹਿੰਦਾ ਸਾਰਾ ਪਿੰਡੇ ਦੀ ਪੂੰਦ ਕਰ ਰਿਆ ਸੀ ਇਹ ਜਿੱਥੋਂ ਵੀ ਇਹਨਾਂ ਦੇ ਘਰ ਵਾਲੇ ਗੁਜ਼ਰਦੇ ਲੋਕ ਇਹਨਾਂ ਨੂੰ ਹੀਰੀਆਂ ਦਿੰਦੇ ਅਗਲੇ ਰੋਜ਼ ਜਦੋਂ ਮੈਂ ਰਸੋਈਏ ਤੋਂ ਪੁੱਛਿਆ ਕੈਨ ਲੱਗਾ ਸਾਇਬ ਮੇਰੀ ਤੇ ਮਾਤੀ ਮਾਰੀ ਗਈ ਮੈਥੋਂ ਬੜਾ ਭਾਰੀ ਕਸੂਰ ਹੋਇਆ ਉਹ ਆਪ ਹੈਰਾਨ ਸੀ ਇਸ ਤੋਂ ਇਹ ਵਿਦਿਗੀ ਹੋ ਕਿੰਜ ਗਈ ਉਹਨੂੰ ਕੁਝ ਸਮਝ ਨਹੀਂ ਆ ਰਹੀ ਸੀ ਤੇ ਫਿਰ ਅਸੀਂ ਸੁਣਿਆ ਸਾਡੇ ਘਰ ਦੇ ਸਾਹਮਣੇ ਬੱਚਿਆਂ ਲਈ ਸਿਨੇਮਾ ਘਰ ਬਣਾਉਣ ਵਾਲਾ ਸੀ ਹੇਠ ਲਾਇਬ੍ਰੇਰੀ ਤੇ ਬੱਚਿਆਂ ਦਾ ਅਜਾਇਬ ਘਰ ਪਹਿਲੀ ਮੰਜ਼ਲ ਤੇ ਸਿਨੇਮਾ ਦੂਜੀ ਮੰਜ਼ਲ ਤੇ ਬੱਚਿਆਂ ਦੇ ਕਲੱਬ ਛੱਤ ਤੇ ਬੱਚਿਆਂ ਦੇ ਨਹਾਉਣ ਲਈ ਟੈਂਕ ਬੱਚੂ ਨੇ ਸੁਣਿਆ ਖੜਪੜ ਗਿਆ ਅਸੀਂ ਆਪ ਬੜੇ ਖੁਸ਼ ਹੋਏ ਤੇ ਫਿਰ ਅਸੀਂ ਵੇਖਿਆ ਖੁਦਾਈ ਸ਼ੁਰੂ ਹੋ ਗਈ ਚਣਾਈ ਹੋਣ ਲੱਗ ਪਈ ਨੀਲੀ ਢੀਲ ਦੇ ਅੱਗੇ ਪਿੱਛੇ ਵਹਿਲੀ ਪਈ ਥਾਂ ਸਾਰੀ ਟੁਕੜੇ ਟੁਕੜੇ ਕਰਕੇ ਵਿਕ ਗਈ ਕੈਲਾਸ਼ ਕਲੋਨੀ ਚ ਬੱਚਿਆਂ ਦੀ ਲਾਇਬ੍ਰੇਰੀ ਬੱਚਿਆਂ ਦਾ ਜੈਪਕਾਰ ਬੱਚਿਆਂ ਦਾ ਸਿਨੇਮਾ ਬੱਚਿਆਂ ਦੀ ਕਲੱਬ ਤੇ ਬੱਚਿਆਂ ਦੇ ਨਹਾਉਣ ਦਾ ਟੈਂਕ ਵਿਸ਼ੇਸ਼ ਆਕਰਸ਼ਣ ਸਨ ਤੇ ਸਾਡੇ ਵੇਖ ਤੇ ਵੇਖ ਤੇ ਕਲੋਨੀ ਉੱਤਰਨੀ ਸ਼ੁਰੂ ਹੋ ਗਈ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੀਜੀ ਮੰਜ਼ਲ ਸ਼ਿਸ਼ੂ ਵਿਹਾਰ ਤਿਆਰ ਹੋ ਗਿਆ ਉਦੀ ਡੱਠਣੀ ਹੋਈ ਸਾਡਾ ਬੱਚਾ ਸਭ ਤੋਂ ਪਹਿਲੇ ਬਚਿਆਂ 'ਚ ਸੀ ਜਿਹੜੇ ਉਸ ਕਲੱਬ ਦੇ ਮੈਂਬਰ ਬਣੇ ਤੇ ਫਿਰ ਸਕੂਲੋਂ ਆ ਕੇ ਲਾਇਬ੍ਰੇਰੀ ਜਾਂ ਸਿਨੇਮਾ ਜਾਂ ਕਲੱਬ ਜਾਂ ਨਹਾਉਣ ਦਾ ਟੈਂਕ ਬੱਚੂ ਦਾ ਵਾਵਾ ਦਿਲ ਲੱਗ ਗਿਆ ਇਸ ਸ਼ਹਿਰ ਵਿੱਚ ਘਰ ਮੁੜਦਾ ਕੰਟਿਆਂਬੱਦੀ ਕਲੱਬ ਦੀਆਂ ਕਹਾਣੀਆਂ ਕਰਦਾ ਰਹਿੰਦਾ ਲਾਇਬ੍ਰੇਰੀ ਤੋਂ ਕਿਤਾਬਾਂ ਲੈ ਆਉਂਦਾ ਤੇ ਕਲਵਾਂਜੇ ਬੈਠਾ ਪੜਦਾ ਰਹਿੰਦਾ ਠੇਰਾ ਬੱਚੂ ਦੇ ਦੋਸਤ ਬਣ ਗਏ ਤੇ ਕਦੀ ਉਹ ਇਹਦੇ ਆ ਰਹੇ ਹੁੰਦੇ ਕਦੀ ਉਹ ਕਦੀ ਇਹ ਉਹਨਾਂ ਦੇ ਜਾ ਰਹੇ ਹੁੰਦਾ ਇੱਕ ਸ਼ਾਮ ਜਦੋਂ ਮੈਂ ਸੈਰ ਕਰਕੇ ਘਰ ਮੁੜਿਆ ਅੱਗੇ ਚੀਕ-ਚਿਹੜਾ ਮਚਿਆ ਸੀ ਬਿੱਟੀ ਨੇ ਬੱਚੂ ਦੀ ਕਿਸੇ ਚੀਜ਼ ਨੂੰ ਛੇੜਿਆ ਸੀ ਤੇ ਗੁੱਸੇ ਚ ਆ ਕੇ ਬੱਚੂ ਨੇ ਉਹਨੂੰ ਚੰਡ ਕੱਡ ਮਾਰੀ ਸੀ ਬਿੱਟੀ ਚਿਚਲਾ ਉੱਠੀ ਬਿੱਟੀ ਨੂੰ ਇੰਜ ਰੋਂਦੇ ਵੇਖ ਉਹਦੀ ਮਾਂ ਨੂੰ ਕਰੋਧ ਆਇਆ ਉਸ ਬੱਚੂ ਨੂੰ ਚਪੇਟ ਦੇ ਮਾਰੀ ਤੇ ਇੰਜ ਮਾਂ ਤੋਂ ਮਾਰ ਖਾ ਕੇ ਬੱਚੂ ਵੀ ਘੁਰਲਾ ਰਿਆ ਸੀ ਇਸ ਤਰ੍ਹਾਂ ਮਾਂ ਦਾ ਪੁੱਤਰ ਨੂੰ ਕਰੋਧ ਚ ਆ ਕੇ ਮਾਰਨਾ ਮੈਂ ਸੁਣਿਆ ਤੇ ਮੈਨੂੰ ਵੀ ਗੁੱਸਾ ਆ ਗਿਆ ਮੋੜ-ਮੋੜ ਮੇਰੀ ਹੋਠ ਕੰਬਦੇ ਤੇ ਫਿਰ ਕਿੰਨੇ ਚਿਰ ਤੋਂ ਵਿਸਰੀ ਮੈਨੂੰ खिड़की ਦਾ ਚੇਤਾ ਆਇਆ ਉਸੇ ਤੇ ਮੈਂ ਤਾਵਲਾ ਤਾਵਲਾ ਗੋਲ ਕਮਰੇ ਵੱਲ ਗਿਆ ਨੀਲੀ ਝੀਲ ਤੇ ਕਿਤੇ ਵੀ ਨਹੀਂ ਸੀ ਨਾ ਨੀਲੀ ਝੀਲ ਨਾ ਨੀਲੀ ਝੀਲ 'ਚ ਤਰ ਰਹੀਆਂ ਨਾ ਮਾਵਾ ਨਾ ਨਾਵਾ 'ਚ ਬੈਠੇ ਮਛੇਰੀਆਂ ਦੇ ਗੀਤ ਕੁਝ ਵੀ ਨਹੀਂ ਸੀ ਸ਼ਿਸ਼ੂ ਵਿਹਾਰ ਦੀ ਤਿੰਨ ਮੰਜ਼ਲੀ ਬਿਲਡਿੰਗ ਦੇ ਤੇ ਉਸ ਦੇ ਅੱਗੇ ਪਿੱਛੇ ਨਵੀਂ ਵਸ ਗਈ ਕਲੋਨੀ ਨੀਲੀ ਝੀਲ ਕਿਤੇ ਵੀ ਨਹੀਂ ਸੀ ਤੇ ਫਿਰ ਅਕਸਰ ਸਾਡੇ ਘਰ 'ਚ ਗੋਦਮ ਗਾਂ ਪਿਆਰੰਦਾ ਮਿੱਟੀ ਚਿਚਲਾ ਰਹੀ ਬੱਚੂ ચીਖ ਰਿਆ ਉਹਨਾਂ ਦੀ ਮਾਂ ਖਫਾ ਹੋ ਜਾਂਦੀ ਮੈਨੂੰ ਗੁੱਸਾ ਆ ਰਿਹਾ ਹਰ ਰੋਜ਼ ਰੋਜ਼ ਹਰ ਦੂਜੇ ਰੋਜ਼ ਘਰ ਚ ਰੌਲਾ ਮੱਚ ਜਾਂਦਾ ਅਸੀਂ ਇਸ ਫਲੈਟ ਦੇ ਜੀਵਨ ਤੋਂ ਬੜੇ ਬੇਜ਼ਾਰ ਸਾਂ ਧੰਨਵਾਦ ਸਮਾਪਤ